ਵੈਸਾਖ ਸੰਮਤ 1762 ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੁਗਲ ਸਾਮਰਾਜ ਦੇ ਨਾਲ ਆਪਣੇ ਪੰਜ ਭੌਤਿਕ ਤਨ ਦੇ ਵਿੱਚ ਵਿੰਦਰ ਦੀਆਂ ਆਖਰੀ ਜੰਗ ਲੜੀ ਸੀ ਔਰ 21 ਵੈਸਾਖ ਨੂੰ ਹਰ ਸਾਲ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਮਹਾਨ ਸ਼ਹੀਦਾਂ ਸਿੰਘਾਂ ਦਾ ਜਾਰੀ ਮੁਕਤਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਔਰ ਅੱਜ ਵੀ 10 ਮਈ ਨੂੰ 21 ਵੈਸਾਖ ਨੂੰ ਇਹ ਸ਼ਹੀਦੀ ਜੋੜ ਮੇਲਾ ਸ੍ਰੀ ਦਰਬਾਰ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਅੱਜ ਗੁਰਦੁਆਰਾ ਟਿੱਬੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏ ਨੇ ਸੈਂਕੜਿਆਂ ਦੀ ਗਿਣਤੀ ਹਾਜ਼ਰੀ ਭਰ ਰਹੀਆਂ ਨੇ 3 ਮਈ ਨੂੰ ਸ਼ਹੀਦੀ ਦਿਹਾੜੇ ਵਾਲੇ ਦਿਨ ਬਹੁਤ ਸਾਰੀਆਂ ਸੰਗਤਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਣ ਅਤੇ ਸ਼ਹੀਦੀ ਜੋੜਵੇ ਦੇ ਮੌਕੇ ਹਾਜ਼ਰ ਹੋ ਕੇ ਸ਼ਹੀਦਾਂ ਪ੍ਰਤੀ ਆਪਣੀ ਭਾਵਨਾ ਨੂੰ ਆਸਥਾ ਨੂੰ ਪ੍ਰਗਟ ਕਰਨਗੀਆਂ ਦੀਵਾਨ ਸਜਣਗੇ ਅਮਰ ਸੰਚਾਰ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਅਸੀਂ ਰਲ ਮਿਲ ਕੇ ਆਪਣੇ ਸ਼ਹੀਦਾਂ ਨੂੰ ਮਨਾਂ ਦੇ ਵਿੱਚ ਯਾਦ ਰੱਖੀਏ ਤਾਂ ਕਿ ਸਾਡੀ ਕੌਮ ਦੇ ਵਿੱਚ ਸ਼ਹੀਦੀ ਜਜ਼ਬਾ ਰੱਖਣ ਵਾਲੇ ਵੀਰ ਜਿਹੜੇ ਆ ਬੱਚੇ ਜਿਹੜੇ ਆ ਉਹ ਪੈਦਾ ਹੁੰਦੇ